बिस्मिल्लाह रहमान रहीम तमाम देखने वाले ज़हीर अहमद जी तरफों अस्सलाम वालेकुम। ते दोस्तों असी अज तुहानू विजिट करवा रहे हैं जी अपने इलाके के बहुत ही कामयाब डेयरी फार्म का। और ये डेयरी फार्म मौजूद है जी चक कलवर्दी के डोगर डेयरी फार्म के नाम तो। ते पिछले 25 साल तो ये अपना डेयरी फार्मिंग के नाल वाबस्ता ने। पहले तो इन्हों के जोड़े व्डे से वो तो रवायती तरीके कर रहे थे, लेकिन इन्होंने अपना प्रॉपर जिहड़ा डेयरी फार्म की शक्ल दी वो 2010 से बेच दी है। तो असी अज इन्हां कोलों पुछांगे इन्हां दी कामयाबी का राज। तो उस तों बाद कोई भी नवा जिहड़ा दोस्त डेयरी फार्म बनाना चाहता हो या इस दे हवाले नाल कोई अगर कोई बच्छे या अपना कोई बच्छियां लेना चाहता हो तो इन्हां नाल राबता जरूर कर सकता है। तो इन्हां को बहुत ही नस्ली बच्छियां मौजूद ने। तो बगैर किसी देर तो शुरू कर दें जी अज की वीडियो। अस्सलाम वालेकुम जी। वालेकुम सलाम जी। भाई ने अपना नाम ते अपना डेयरी फार्म दा एड्रेस दस्या जी। जी अरशद महमूद मेरा नाम है, अलवर्दी शरीफ, चक अलवर्दी शरीफ, सिकंदर चौक, जिला पाकपतन। अच्छा भाई जी तुसीं ये दसो भी डेयरी फार्म दा काम तुहाडे ख्याल दे विच किस तरह दा जी? जी बेहतरीन काम है। अच्छा बाकी ज़रात की नस्बत यह ठीक है। कितने अरसे तो कर रहे हैं जी? हम जी पहले रवायती तरीके से बाप दादा जैसे करते थे वैसे, और 2010 में हमने ये फार्म बनाया है। अच्छा हाँ जी। आपने कितने मवेशियों से माल स्टार्ट किया, यानी कितनी गाय से आपने स्टार्ट किया था ये? हम अरसे ये 40-50 जानवर थे। अच्छा जी। तो अभी इस टाइम कितने हैं? इस टाइम तकरीबन को 100 के आसपास है। अच्छा जी। ज़्यादा नस्ल आपके ख्याल में कौन सी ज़्यादा बेहतर है? जी फ्रीजियन। अच्छा जी। यदि एवरेज किस तरह दी है जी फ्रीजियन दी? एवरेज जी बेहतरीन है। अच्छा हाँ। कितना दूध यानी कि दे रहे हैं आपने को, जो बेहतरीन जी अच्छी तो अच्छी गाय है कितना दूध दे रही है? जी इस टाइम तकरीबन को 40 लीटर भी दे रही है। अच्छा 35 लीटर भी दे रही है। अच्छा जी मुख्तलिफ है सब। सही है जी। ਤੁਸੀਂ ਇਹਨਾਂ ਦਾ ਜਿਹੜਾ ਨਸਲ ਦਾ ਕਿਸ ਤਰੀਕੇ ਯਾਨੀ ਕਰਦੇ, ਜਿਹੜਾ ਦੂਸਰਾ ਇਨਸੈਮੀਨੇਸ਼ਨ ਕਰਾਉਂਦੇ ਜੇ ਜਾਂ ਬਿਲਕੁਲ ਨਹੀਂ ਜੀ ਇਨਸੈਮੀਨੇਸ਼ਨ ਕਰਵਾਤੇ? ਅੱਛਾ ਜੀ। ਤੇ ਜਿਹੜੀ ਅਗੋ ਬੱਚੀਆਂ ਵਗੈਰਾ ਹੁੰਦੀਆਂ ਨੇ ਇਹਦੀ ਛਾਂਟੀ ਕਿਸ ਤਰੀਕੇ ਕਰਦੇ ਜੀ? ਜੀ ਛਾਂਟੀ ਕਿਸ ਤਰੀਕੇ ਕਰਦੇ, ਜਿਹੜੀ ਬੱਚੀ ਹੈਗੀ ਜਿਹੜੀ ਮਤਲਬ ਤੁਹਾਡੇ ਕੰਮ ਦੀ ਨਹੀਂ ਹੈਗੀ, ਇਹਦੀ ਛਾਂਟੀ ਕਿਸ ਤਰ੍ਹਾਂ ਕਰਦੇ? ਨਹੀਂ ਜੀ ਸਾਰੀਆਂ ਬੱਚੀਆਂ ਠੀਕ ਹੀ ਹੁੰਦੀਆਂ। ਅੱਛਾ ਜੀ। ਤੇ ਕੋਈ ਹੋਰ ਮਤਲਬ ਸਾਲ ਬਾਅਦ ਯਾਨੀ ਕਿ ਕੋਈ ਹੁੰਦਾ ਨਹੀਂ ਕੋਈ? ਹਾਂਜੀ ਸੇਲ ਪਰਚੇਜ਼ ਵੀ ਕਰਦੇ ਹਾਂ। ਅੱਛਾ ਜੀ। ਕੋਈ ਬੰਦਾ ਤੁਹਾਡੇ ਨਾਲ ਮਸ਼ਵਰਾ ਕਰਨਾ ਚਾਹੇ, ਤੁਹਾਡੇ ਕੋਲ ਡੰਗਰ ਲੈਣਾ ਚਾਹੇ, ਤੁਸੀਂ ਉਹਨੂੰ ਮਸ਼ਵਰਾ ਦੇ ਸਕਦੇ ਜੇ? ਜੀ ਬਿਲਕੁਲ ਜੀ ਮਸ਼ਵਰਾ ਦੇਣਾ ਅੱਛੀ ਬਾਤ ਹੈ। ਅੱਛਾ ਤੁਹਾਡੇ ਕੋਲੋਂ ਵੀ ਕੋਈ ਅਗਰ ਕੋਈ ਖਰੀਦਦਾਰੀ ਕਰਨਾ ਚਾਹੇ ਕਰ ਸਕਦਾ ਹੈ ਜਾਂ ਤੁਸੀਂ ਬਾਹਰੋਂ ਲੈ ਕੇ ਦਿਓ? ਨਹੀਂ ਜੀ ਬਿਲਕੁਲ ਦੇ ਸਕਦੇ। ਅੱਛਾ ਆਪਣੇ ਕੋਲ ਹੈ ਨਹੀਂ ਯਾਨੀ ਕਿ ਫਰੋਖਤ ਹੈ? ਜੀ ਜੀ। ਅੱਛਾ ਜੀ। ਤੇ ਕਿੰਨਾ ਮੁੱਲ ਹੈ ਜੀ ਚੰਗੀ ਗਾਂ ਦਾ ਜਿਹੜਾ? ਇਹ ਤਾਂ ਜੀ ਆਪੋ ਆਪ ਜਾਨਵਰ ਜਿੱਦਾਂ ਦਾ ਹੋਏਗਾ ਉਦਾਂ ਦੇ ਮੁੱਲ ਹੈ। ਤਕਰੀਬਨ ਕਿੰਨੇ ਦੀ ਲੱਭ ਜਾਏਗੀ ਚੰਗੀ ਗਾਂ ਜਿਹੜੀ? 2 ਲੱਖ ਦੀ ਵੀ, 2.5 ਦੀ ਵੀ, 3 ਦੀ ਵੀ। ਹਾਂਜੀ ਆਪੋ ਆਪ ਮੁੱਲ ਹੋ ਜੀ। ਅੱਛਾ ਤੁਸੀਂ ਇਹ ਦੱਸੋ ਜੀ ਆਪਣਾ ਸੈਲਜ ਨਾਲ ਚਲਾ ਰਹੇ ਜੇ ਤੁਸੀਂ? ਜੀ ਸੈਲਜ ਚਲਾ ਰਹੇ। ਤੇ ਸੈਲਜ ਦਾ ਰਿਜ਼ਲਟ ਕਿਵੇਂ ਦਾ ਹੈ ਜੀ ਤੁਹਾਡੇ ਖਿਆਲ? ਜੀ ਸੈਲਜ ਤੋਂ ਬਗੈਰ ਗਾਵਾਂ ਜਿਹੜੀਆਂ ਰੱਖਣੀਆਂ ਨਾਮੁਮਕਿਨ ਹੈ। ਅੱਛਾ ਤੇ ਸੈਲਜ ਦੇ ਵਿੱਚ ਮਤਲਬ ਆਪਣਾ ਜ਼ਿਆਦਾ ਬਿਹਤਰ ਹੈ ਜਾਂ ਬਾਹਰੋਂ ਮਤਲਬ ਲੈ ਕੇ ਤੇ ਉਹ ਮੁੱਲ ਵਾਲਾ ਉਹ ਸਹੀ ਹੈ? ਨਹੀਂ ਜੀ ਆਪਣਾ ਤਿਆਰ ਕਰੋ ਜ਼ਰਾ ਸਹੀ ਰਹਿ ਜਾਂਦਾ, ਪਰਚੇਜ਼ ਕਰਨ ਨਾਲ ਜ਼ਿਆਦਾ ਮਹਿੰਗਾ ਪੈਂਦਾ। ਅੱਛਾ ਹਾਂਜੀ। ਸੈਲਜ ਅਸੀਂ ਦੇਖ ਰਹੇ ਹਾਂ ਜੀ, ਸੈਲਜ ਤੁਸੀਂ ਤਾਂ ਮਾਸ਼ਾਅੱਲਾ ਬੈਂਕਰ ਬਣਾਏ ਨੇ ਤੇ ਬੈਂਕਰ ਤੋਂ ਇਲਾਵਾ ਵੀ ਸੈਲਜ ਬਣ ਸਕਦਾ ਓਪਨ ਵੀ? ਜੀ ਓਪਨ ਏਰੀਆ ਬਣ ਸਕਦਾ ਜੀ ਸੈਲਜ ਬਗੈਰ ਬੰਪ। ਤਰੀਕਾ ਕਰ ਜੀ ਥੋੜਾ ਜਿਹਾ ਮਸ਼ਵਰਾ ਦੇ ਦਿਓ। ਉਹ ਜੀ ਇੱਕ ਜਗ੍ਹਾ ਤੇ ਬਾਅਦ ਕੋ ਤਾਂ ਟੋਇਆ ਬਣਾ ਲੈਂਦੇ, ਹਾਂਜੀ ਉਹਦੇ ਵਿੱਚ ਬਣਾ ਲੈਂਦੇ ਸੈਲਜ, ਟੋਏ ਦੇ ਵਿੱਚ ਉੱਤੋਂ ਨਤਾੜ ਕਰ ਲੈਂਦੇ ਆ ਤੇ ਬਾਅਦ ਕੋ ਤਾਂ ਵੈਸੇ ਓਪਨ ਰੱਖ ਕੇ ਤੇ 4 ਚਫੇਰਿਓ ਮਤਲਬ ਟਰੈਕਟਰ ਉੱਤੇ ਚੜਾ ਕੇ ਤਾਂ ਨਤਾੜ ਕਰ ਲੈਂਦੇ। ਅੱਛਾ ਹਾਂਜੀ ਉੱਤੋਂ ਲਪਾਈ ਕਰ ਦਿੰਦੇ ਸਰ। ਤੇ ਵੰਡਾ ਵੀ ਤੁਸੀਂ ਇਸਤੇਮਾਲ ਕਰ ਰਹੇ ਜੀ? ਜੀ। ਵੰਡੇ ਨੂੰ ਕਿਸ ਤਰੀਕੇ ਇਸਤੇਮਾਲ ਕਰ ਰਹੇ, ਥੋੜਾ ਜਿਹਾ ਨਵੇਂ ਇੱਕ ਫਾਰਮਰ ਵਾਸਤੇ ਮਸ਼ਵਰਾ ਦੇ ਦਿਓ ਨਾ ਜੀ? ਜੀ ਪੰਜਨਾ ਦਾ ਵੰਡਾ ਅਸੀਂ ਇਸਤੇਮਾਲ ਕਰਦੇ ਪਏ ਆ ਤਕਰੀਬਨ 8-10 ਸਾਲ ਤੋਂ ਹੀ ਕਰ ਰਹੇ ਆ ਤੇ ਬੜਾ ਬਿਹਤਰੀਨ ਆ ਜੀ ਵੰਡਾ। ਉਹਦੀ ਕੀ ਰੂਟੀਨ ਹੈ, ਕਿਸ ਤਰੀਕੇ ਤੁਸੀਂ ਚਲਾ ਰਹੇ ਜੇ? ਜੀ ਉਹ 3 ਕਿਲੋ ਦੁੱਧ ਦੇ ਹਿਸਾਬ ਨਾਲ 1 ਕਿਲੋ ਵੰਡਾ ਜੀ। ਅੱਛਾ ਹਾਂਜੀ। ਤੇ ਤੁਸੀਂ ਹੁਣ ਅਸੀਂ ਦੇਖ ਰਹੇ ਹਾਂ ਜੀ ਚੁਆਈ ਹੋ ਰਹੀ ਹੈ, ਇਸ ਟਾਈਮ 2:30 ਦਾ ਟਾਈਮ ਹੈ ਜੀ। ਤੇ ਇਹ ਕਿਸ ਟਾਈਮ ਤੁਸੀਂ ਰੱਖਿਆ ਹੈ, ਸਵੇਰ ਕਿੰਨੇ ਵਜੇ ਕਰਦੇ ਜੇ, ਸ਼ਾਮੀ ਕਿੰਨੇ ਵਜੇ ਚੁਆਈ ਕਰਦੇ? ਸਵੇਰ 3 ਵਜੇ। ਅੱਛਾ ਸ਼ਾਮ ਨੂੰ 2 ਵਜੇ? ਸ਼ਾਮ ਨੂੰ 2 ਵਜੇ ਜੀ। ਹੋਰ ਜੀ ਕੋਈ ਨਵੇਂ ਬੰਦੇ ਵਾਸਤੇ ਕੀ ਮਸ਼ਵਰਾ ਦੇਣਾ ਚਾਹੋਗੇ ਡੇਅਰੀ ਫਾਰਮ ਦੇ ਹਵਾਲੇ ਨਾਲ? ਨਵੇਂ ਬੰਦੇ ਵਾਸਤੇ ਜੀ ਇਹ ਕਰਨਾ ਚਾਹੀਦਾ ਵਾ, ਦਿਲ ਲਾ ਕੇ ਕਰਨਾ ਚਾਹੀਦਾ, ਬਹੁਤ ਅੱਛਾ ਕੰਮ ਸਹੀ ਜੀ। ਕੋਈ ਬੰਦਾ ਨਵਾਂ ਇਨਵੈਸਟਮੈਂਟ ਕਰਨਾ ਚਾਹੇ ਉਹ ਡੰਗਰ
मंडी तो लवे या टोर फेर के तुहाडे नाल मशवरा करके कोई लवे? नहीं जी, टोर फेर के लेने चाहिए ज़्यादा। मंडी वैसे तो व्यापारियों के फिर टाइम भी लाए होंगे या तैयार किए होंगे जानवर। अच्छा, हाँ। कोई नवा बंदा अगर स्टार्ट करना चाहे वो बजाय कि 100 डंगर इकट्ठे रख ले वो ना कोई चंगे नस्ली कोई 5-10 जानवर रख ले? नहीं जी, जिन्हें नवा करना है ना जी, हाँ जी, वो थोड़े जानवर तो स्टार्ट करे, फिर नाल नाल तजर्बा भी होंदा जांदा, हाँ, तो बंदे ने पता भी लगता जांदा किवें सांभणे दा किवें करना सर। तो बाकी तुसीं ये दसो कि एक डेयरी फार्म वास्ते मालक दा उत्ते होना लाजमी है या सिर्फ बंदा किसी मुलाजम दे सिर ते भी डेयरी फार्म चला सकदा? नहीं जी, मालक जिन्नी देर उत्ते नहीं उन्नी देर कामयाबी नहीं। अच्छा, मतलब कामयाबी दा दौर अगर तुसीं हासिल करना चाहते हैं तो अपना ड्यूटी? बिल्कुल जी, ड्यूटी उत्ते 24 घंटे। सही। और जी इन्होंने कोई वैक्सीनेशन वगैरह का मतलब की तरीकाकार है? जी वैक्सीनेशन भी होंगी, डिवर्मिंग भी होंगी है 6 महीने बाद साल बाद। अच्छा जी, चलो अपना तुसी ना भाई नंबर दे दो जी। 0300 हाँ जी 7739-724। अपने गाँव माशाल्लाह को मुकाबला भी जीतिया ने जी? हाँ जी बिल्कुल, 2012 पत्तों की होया सी मुकाबला। अच्छा, वो अपनी गां तीसरे नंबर पर आए सी 58.60 लीटर। 58.60 लीटर किन्ने घंटे का? 24 घंटे। 24 घंटे जी। चलो जी माशाल्लाह, तो उस तो बाद फिर होने कोई प्राइज वास्ते तैयार की थी? नहीं जी कोई नहीं की थी। अच्छा। चलो ठीक है जी भाई जान, बहुत मेहरबानी जी। ठीक है जी, ओके जी।